मेरा नाम राखी है, मैं एक अध्यापक हाँ। मैं पंजवीं जमात को पढ़ाउनी हाँ। कल मैं बाजार गई, कल मैं उतो अंब सेब केले ते पपीता खरीदया। सत श्री अकाल प्यारे बच्चे, जिमें कि मैं हुण तुहानूं थोड़ी देर पहला एक पैराग्राफ सुनाया सी, कुछ लाइनां सुनाईयां सी, मैनूं उम्मीद है कि तुहानूं किसे नूं वी समझ आईयां होणगीआं। तां बच्चिओ इहदे विच तुहानूं कुछ गड़बड़ लगी होणी जो मैं लाइनां बोलियां, ਤੁਹਾਨੂੰ ਕਮੀ ਲੱਗੀ ਹੋਣੀ ਕਿ ਮੈਮ ਕਿਤੇ ਰੁਕੇ ਨਹੀਂ, ਉਹਨਾਂ ਨੇ ਕਿਤੇ ਘੱਟ ਨਹੀਂ ਜੇ ਸਟੋਪ ਲਿਆ, ਕਿਤੇ ਵੱਧ ਕੁਛ ਨਹੀਂ ਕੀਤਾ ਮੈਮ, ਲਗਾਤਾਰ ਬੋਲੀ ਗਏ ਹੈ ਨਾ, ਮੈਮ ਨੇ ਕਿਤੇ ਹੈਰਾਨੀ ਦਿਖਾਈ ਹੈ, ਨਾ ਮੈਮ ਨੇ ਕਿਤੇ ਖੁਸ਼ੀ ਜ਼ਾਹਿਰ ਕੀਤੀ ਹੈ, ਨਾ ਮੈਮ ਨੇ ਕਿਤੇ ਦੁੱਖ ਪ੍ਰਗਟ ਕੀਤਾ ਹੈ। ਤਾਂ ਬੇਟਾ ਇਸ ਚੀਜ਼ ਨੂੰ ਕਹਿੰਦੇ ਨੇ, ਜਦੋਂ ਆਪਾਂ ਕਿਸੇ ਚੀਜ਼ ਨੂੰ ਲਿਖਣਾ ਹੁੰਦਾ ਜਾਂ ਬੋਲਣਾ ਹੁੰਦਾ ਤਾਂ ਆਪਾਂ ਉਸ ਬਹੁਤ ਤਰ੍ਹਾਂ ਦੇ ਆਪਾਂ ਆਪਣੇ ਐਕਸਪ੍ਰੈਸ਼ਨ ਦਿੰਦੇ ਹਾਂ, ਆਪਾਂ ਆਪਣੇ ਵਾਕਾਂ ਨੂੰ ਬਹੁਤ ਤਰੀਕਿਆਂ ਨਾਲ ਪ੍ਰਗਟਾ ਕਰਦੇ ਹਾਂ। ਜਿੱਥੇ ਆਪਾਂ ਨੂੰ ਰੁਕਣ ਦੀ ਲੋੜ ਹੁੰਦੀ ਆਪਾਂ ਰੁਕਦੇ ਹਾਂ, ਜਿੱਥੇ ਆਪਾਂ ਵਾਕ ਖਤਮ ਹੁੰਦਾ ਉੱਥੇ ਆਪਾਂ ਡੰਡੀ ਲਾਉਂਦੇ ਹਾਂ। ਇਹਨਾਂ ਸਾਰੀਆਂ ਚੀਜ਼ਾਂ ਨੂੰ ਪੰਕਚੁਏਸ਼ਨ ਮਾਰਕਸ ਕਹਿੰਦੇ ਨੇ ਇੰਗਲਿਸ਼ ਦੇ ਵਿੱਚ। ਸੋ ਆਪਣਾ ਅੱਜ ਦਾ ਟੋਪਿਕ ਹੈ ਪੰਕਚੁਏਸ਼ਨ। ਆਓ ਆਪਾਂ ਉਸ ਪੈਰਾਗ੍ਰਾਫ 'ਤੇ ਦੁਬਾਰਾ ਨਜ਼ਰ ਮਾਰੀਏ। ਮੇਰਾ ਨਾਮ ਰਾਖੀ ਹੈ, ਮੈਂ ਇੱਕ ਅਧਿਆਪਕ ਹਾਂ, ਮੈਂ ਪੰਜਵੀਂ ਜਮਾਤ ਨੂੰ ਪੜ੍ਹਾਉਂਦੀ ਹਾਂ। ਕੱਲ ਮੈਂ ਬਾਜ਼ਾਰ ਗਈ, ਬਾਜ਼ਾਰੋਂ ਮੈਂ ਸੇਬ, ਕੇਲੇ, ਅੰਗੂਰ, ਚੀਕੂ, ਪਪੀਤਾ ਅਤੇ ਅੰਬ ਖਰੀਦੇ। ਦੇਖੋ ਬੱਚਿਓ, ਕਿੰਨਾ ਅਟਪਟਾ ਲੱਗ ਰਿਹਾ ਸੀ ਜਦੋਂ ਮੈਂ ਤੁਹਾਨੂੰ ਇਹ ਪੜ੍ਹ ਕੇ ਸੁਣਾ ਰਹੀ ਸੀ, ਅਤੇ ਤੁਹਾਨੂੰ ਦੇਖਣ ਦੇ ਵਿੱਚ ਵੀ ਇਹ ਪੈਰਾਗ੍ਰਾਫ ਕਿੰਨਾ ਅਜੀਬ ਜਿਹਾ ਲੱਗ ਰਿਹਾ ਹੋਣਾ, ਕਿ ਨਾ ਹੀ ਮੈਮ ਨੇ ਕਿਤੇ ਡੰਡੀ ਲਾਈ ਹੈ, ਨਾ ਹੀ ਕਿਤੇ ਮੈਮ ਨੇ ਕੁਸ਼ਚਨ ਮਾਰਕ ਪ੍ਰਸ਼ਨ ਚਿੰਨ੍ਹ ਪਾਇਆ ਹੈ, ਨਾ ਹੀ ਮੈਮ ਨੇ ਕਿਤੇ ਕੌਮਾ ਲਗਾਇਆ ਹੈ। ਇਹ ਸਾਰੀਆਂ ਚੀਜ਼ਾਂ ਮਿਸਿੰਗ ਨੇ ਇਹਦੇ ਵਿੱਚ ਬੇਟਾ, ਇਹਨਾਂ ਤੋਂ ਬਿਨਾਂ ਕੋਈ ਵੀ ਲੈਂਗੁਏਜ ਕੰਪਲੀਟ ਨਹੀਂ ਹੁੰਦੀ। ਸੋ ਅੱਜ ਮੈਂ ਤੁਹਾਨੂੰ ਕੀ ਸਿਖਾਵਾਂਗੀ? ਪੰਕਚੁਏਸ਼ਨ ਮਾਰਕ, ਪੰਕਚੁਏਸ਼ਨ ਮਾਰਕਸ, ਠੀਕ ਹੈ। ਹੁਣ ਦੇਖੋ ਆਪਾਂ ਵਾਪਿਸ ਇਸ ਪੈਰਾਗ੍ਰਾਫ 'ਤੇ ਆਉਂਦੇ ਹਾਂ। ਇਸ ਪੈਰਾਗ੍ਰਾਫ ਦੇ ਵਿੱਚ ਕੀ ਹੋਣਾ ਚਾਹੀਦਾ ਸੀ? ਮੇਰਾ ਨਾਮ ਰਾਖੀ ਹੈ, ਡੰਡੀ, ਮੈਂ ਇੱਕ ਅਧਿਆਪਕ ਹਾਂ, ਡੰਡੀ, ਮੈਂ ਪੰਜਵੀਂ ਜਮਾਤ ਨੂੰ ਪੜ੍ਹਾਉਂਦੀ ਹਾਂ, ਡੰਡੀ, ਕੱਲ ਕੌਮਾ ਮੈਂ ਬਾਜ਼ਾਰ ਗਈ, ਬਾਜ਼ਾਰੋਂ ਮੈਂ ਸੇਬ ਕੌਮਾ ਕੇਲੇ ਕੌਮਾ ਅੰਗੂਰ ਕੌਮਾ ਚੀਕੂ ਕੌਮਾ ਪਪੀਤਾ ਅਤੇ ਅੰਬ ਖਰੀਦੇ। ਹੁਣ ਦੇਖੋ ਬੇਟਾ, ਇਹ ਪੈਰਾਗ੍ਰਾਫ ਹੁਣ ਬਿਲਕੁਲ ਹੀ ਸਹੀ ਪੈਰਾਗ੍ਰਾਫ ਹੈ। ਇਸ ਪੈਰਾਗ੍ਰਾਫ ਦੇ ਵਿੱਚ ਜਿਹੜੇ ਵੀ ਮੈਂ ਬਾਅਦ ਦੇ ਵਿੱਚ ਸਾਇੰਸ ਯੂਜ਼ ਕੀਤੇ ਨੇ ਬੇਟਾ, ਉਹਨਾਂ ਸਾਇੰਸ ਨੂੰ ਪੰਕਚੁਏਸ਼ਨ ਮਾਰਕਸ ਕਹਿੰਦੇ ਨੇ। ਹਰ ਲੈਂਗੁਏਜ ਦੇ ਵਿੱਚ ਪੰਕਚੁਏਸ਼ਨ ਮਾਰਕਸ ਯੂਜ਼ ਹੁੰਦੇ ਨੇ, ਥੋੜ੍ਹੇ ਬਹੁਤ ਅਲੱਗ ਵੀ ਹੁੰਦੇ ਨੇ। ਪੰਜਾਬੀ ਦੇ ਵਿੱਚ ਜਿਵੇਂ ਕਿ ਆਪਾਂ ਜਦੋਂ ਕੋਈ ਵਾਕ ਖਤਮ ਹੁੰਦਾ ਤਾਂ ਡੰਡੀ ਲਗਾਉਂਦੇ ਹਾਂ, ਇਸ ਤਰ੍ਹਾਂ ਇੰਗਲਿਸ਼ ਦੇ ਵਿੱਚ ਅਲੱਗ ਪੰਕਚੁਏਸ਼ਨ ਮਾਰਕਸ ਨੇ। ਸੋ ਇਹ ਸਿਰਫ ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਇਸ ਕਰਕੇ ਸਮਝਾਇਆ ਤਾਂ ਕਿ ਤੁਸੀਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝ ਸਕੋ। ਆਓ ਹੁਣ ਆਪਾਂ ਇੰਗਲਿਸ਼ ਦੇ ਵਿੱਚ ਪੰਕਚੁਏਸ਼ਨ ਮਾਰਕਸ ਕਰੀਏ। ਸਭ ਤੋਂ ਪਹਿਲਾਂ ਬੇਟਾ, ਇੰਗਲਿਸ਼ ਦੇ ਵਿੱਚ ਸਭ ਤੋਂ ਮੇਨ ਗੱਲ, ਸਭ ਤੋਂ ਜ਼ਰੂਰੀ ਗੱਲ ਜਿਹੜੀ ਇੰਗਲਿਸ਼ ਲੈਂਗੁਏਜ ਦੇ ਵਿੱਚ ਹੈ, ਕੈਪੀਟਲ ਲੈਟਰ। ਕਿਉਂਕਿ ਪੰਜਾਬੀ ਦੇ ਵਿੱਚ ਇਹ ਚੀਜ਼ ਨਹੀਂ ਯੂਜ਼ ਹੁੰਦੀ, ਸਾਰੇ ਅੱਖਰ ਕੋਈ ਵੱਡਾ ਛੋਟਾ ਨਹੀਂ ਹੁੰਦਾ। ਇੰਗਲਿਸ਼ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਜਿਵੇਂ ਆਪਾਂ ਬੜੀ ABC ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਛੋਟੀ ABC ਲਰਨ ਕਰਦੇ ਹਾਂ ਛੋਟੇ ਕਲਾਸਿਸ ਦੇ ਵਿੱਚ, ਤਾਂ ਕੈਪੀਟਲ ਲੈਟਰ ਸਭ ਤੋਂ ਪਹਿਲੇ ਨੰਬਰ 'ਤੇ ਆਉਂਦਾ ਪੰਕਚੁਏਸ਼ਨ ਮਾਰਕਸ ਦੇ ਵਿੱਚ। ਕੋਈ ਵੀ ਸੈਂਟੈਂਸ ਇੰਗਲਿਸ਼ ਦੇ ਵਿੱਚ ਸਟਾਰਟ ਜਦੋਂ ਕਰਨਾ ਹੈ ਆਪਾਂ, ਤਾਂ ਉਹਦਾ ਫਸਟ ਲੈਟਰ, ਫਸਟ ਵਰਡ ਦਾ ਫਸਟ ਲੈਟਰ ਹਮੇਸ਼ਾ ਆਪਾਂ ਕੈਪੀਟਲ ਪਾਉਣਾ ਸੈਂਟੈਂਸ ਦੀ ਸਟਾਰਟਿੰਗ ਦੇ ਵਿੱਚ। ਚਾਹੇ ਕੋਈ ਵੀ ਸੈਂਟੈਂਸ ਹੈ, ਉਹਦਾ ਫਸਟ ਲੈਟਰ ਹਮੇਸ਼ਾ ਕੀ ਰਹੇਗਾ? ਕੈਪੀਟਲ ਰਹੇਗਾ, ਠੀਕ ਹੈ ਬੇਟਾ। ਜਿਵੇਂ ਕੋਈ ਵੀ ਲਗਾ ਲਓ ਆਪਾਂ, ਮੈਂ ਲਿਖਿਆ ਦੇਅਰ ਇਜ਼ ਅ ਗਰਲ। ਸੋ ਇਸ ਸੈਂਟੈਂਸ ਦੇ ਵਿੱਚ ਬੇਟਾ ਫਸਟ ਵਰਡ ਹੈ ਦੇਅਰ, ਤਾਂ ਇਹਦਾ ਫਸਟ ਲੈਟਰ ਹੈ ਉਹ ਕੈਪੀਟਲ ਹੀ ਆਏਗਾ, ਠੀਕ ਹੈ। ਉਸ ਤੋਂ ਬਾਅਦ ਸੈਂਟੈਂਸਿਸ ਦੇ ਵਿੱਚ ਕੁਛ ਕੁ ਵਰਡਸ ਇਸ ਤਰ੍ਹਾਂ ਦੇ ਹੁੰਦੇ ਨੇ ਜਿਹੜੇ ਵਿੱਚ ਵਿਚਾਲੇ ਵੀ ਆ ਜਾਂਦੇ ਨੇ, ਪਿੱਛੇ ਵੀ ਆਉਂਦੇ ਨੇ, ਤਾਂ ਉਹਨਾਂ ਦੇ ਜਿਹੜੇ ਫਸਟ ਲੈਟਰ ਨੇ ਉਹ ਵੀ ਕੈਪੀਟਲ ਹੁੰਦੇ ਨੇ। ਫੋਰ ਐਗਜ਼ਾਮਪਲ, ਉਹ ਕਿਹੜੇ ਹੁੰਦੇ ਨੇ ਵਰਡਸ? ਜਦੋਂ ਕਿਸੇ ਬੰਦੇ ਦਾ ਨਾਮ ਆ ਜੇ, ਕਿਸੇ ਇਨਸਾਨ ਦਾ ਨਾਮ ਆ ਜੇ, ਕਿਸੇ ਜਗ੍ਹਾ ਦਾ ਨਾਮ ਆ ਜੇ, ਡੇਜ਼ ਦਾ, ਦਿਨਾਂ ਦੇ ਨਾਮ ਆ ਜਾਣ, ਮੰਡੇ ਸੰਡੇ ਜਾਂ ਮੰਥਸ ਦੇ ਨਾਮ ਆ ਜਾਣ, ਇਹਨਾਂ ਸਾਰੀਆਂ ਚੀਜ਼ਾਂ ਦੇ ਨਾਮ ਜਦੋਂ ਆ ਜਾਣ, ਚਾਹੇ ਉਹ ਸਟਾਰਟਿੰਗ ਹੋਵੇ ਵਾਕ ਦੇ ਵਿੱਚ, ਚਾਹੇ ਉਹ ਵਿੱਚ ਵਿਚਾਲੇ ਆਉਣ, ਚਾਹੇ ਉਹ ਐਂਡ ਦੇ ਵਿੱਚ ਆਉਣ, ਪਰ ਉਹਨਾਂ ਦਾ ਜਿਹੜਾ ਫਸਟ ਲੈਟਰ ਹੋਏਗਾ ਉਹ ਹਮੇਸ਼ਾ ਕੈਪੀਟਲ ਹੀ ਹੋਏਗਾ। ਅਤੇ ਜਦੋਂ ਆਪਾਂ ਆਈ ਪਾਉਂਦੇ ਹਾਂ, ਜਿਹਦਾ ਮਤਲਬ ਹੁੰਦਾ ਮੈਂ ਆਈ, ਉਹ ਚਾਹੇ ਆਈ ਸੈਂਟੈਂਸ ਦੇ ਕਿੱਥੇ ਵੀ ਆ ਰਿਹਾ, ਚਾਹੇ ਸਟਾਰਟਿੰਗ 'ਚ ਹੈ, ਚਾਹੇ ਮਿਡ 'ਚ ਹੈ, ਚਾਹੇ ਐਂਡ 'ਚ ਹੈ, ਉਹ ਹਮੇਸ਼ਾ ਬੜਾ ਹੀ ਪਏਗਾ, ਉਹ ਬਲੋਕ ਲੈਟਰ ਦੇ ਵਿੱਚ ਹੀ ਪਏਗਾ ਆਈ। ਦੇਖੋ ਜਿਵੇਂ ਕਿ ਮੈਂ ਤੁਹਾਨੂੰ ਕੁਛ ਕੁ ਸੈਂਟੈਂਸ ਦੱਸਦੀ ਹਾਂ, ਦੇਅਰ ਇਜ਼ ਅ ਗਰਲ ਹੋ ਗਿਆ, ਆਈ ਵਿਲ ਗੋ ਟੂ ਸਕੂਲ ਔਨ ਮੰਡੇ, ਤਾਂ ਐਮ ਮੰਡੇ ਦਿਨਾਂ ਦਾ ਨਾਮ ਆ ਗਿਆ ਨਾ, ਮੰਡੇ।
ਇਹਦੇ ਵਿੱਚ ਐਮ ਕੈਪੀਟਲ ਆ ਗਿਆ ਮੰਡੇ। ਠੀਕ ਹੈ ਬੱਚਿਓ, ਏਦਾਂ ਹੀ ਜੇ ਕਿਸੇ ਇਨਸਾਨ ਦਾ ਨਾਮ ਆ ਜਾਂਦਾ, ਕਿਸੇ ਬੁਆਏ ਦਾ, ਕਿਸੇ ਗਰਲ ਦਾ, ਕਿਸੇ ਸ਼ਹਿਰ ਦਾ ਨਾਮ ਆ ਜਾਂਦਾ, ਕਿਸੇ ਜਗ੍ਹਾ ਦਾ ਨਾਮ ਆ ਜਾਂਦਾ, ਮਹੀਨਿਆਂ ਦਾ ਨਾਮ ਜਨਵਰੀ ਫੈਬਰਵਰੀ ਆ ਜਾਂਦਾ, ਤਾਂ ਉਹਨਾਂ ਦਾ ਫਸਟ ਲੈਟਰ ਵੀ ਹੈ ਉਹ ਕੈਪੀਟਲ ਹੀ ਪਏਗਾ। ਇਹ ਗੱਲ ਤੁਸੀਂ ਹਮੇਸ਼ਾ ਯਾਦ ਰੱਖਣੀ ਹੈ, ਇੰਗਲਿਸ਼ ਦੇ ਵਿੱਚ ਇਹ ਬਹੁਤ ਜ਼ਰੂਰੀ ਚੀਜ਼ ਹੈ। ਸਭ ਤੋਂ ਪਹਿਲਾਂ ਲੈਟਰ ਆਪਾਂ ਸੈਂਟੈਂਸ ਦਾ ਕੈਪੀਟਲ ਹੀ ਪਾਉਣਾ, ਅਤੇ ਜਿਹੜੇ ਵਿੱਚ ਵਿਚਾਰੇ ਜਿਹੜੇ ਕੈਪੀਟਲ ਲੈਟਰਸ ਆਉਣਗੇ ਇਹਨਾਂ ਦਾ ਧਿਆਨ ਰੱਖਣਾ, ਕਿਸੇ ਵੀ ਜਗ੍ਹਾ ਦਾ ਨਾਮ, ਕਿਸੇ ਵੀ ਇਨਸਾਨ ਦਾ ਨਾਮ, ਦਿਨਾਂ ਦੇ ਨਾਮ ਜਾਂ ਮਹੀਨਿਆਂ ਦੇ ਨਾਮ ਹੋਣ ਤਾਂ ਉਹਨਾਂ ਦੇ ਫਸਟ ਲੈਟਰ ਕੀ ਪੈਂਦੇ ਨੇ, ਕੈਪੀਟਲ ਹੁੰਦੇ ਨੇ। ਅਤੇ ਇੱਕ ਆਈ ਵਰਡ ਹੈ ਜਿਹੜਾ, ਆਈ ਲੈਟਰ ਹੈ ਉਹ ਹਮੇਸ਼ਾ ਹੀ ਕੈਪੀਟਲ ਹੁੰਦਾ ਹੈ। ਠੀਕ ਹੈ ਜੀ, ਨੈਕਸਟ ਹੈ ਫੁੱਲ ਸਟਾਪ। ਫੁੱਲ ਸਟਾਪ ਦਾ ਸਾਈਨ ਹੁੰਦਾ ਬੇਟਾ ਬਿੰਦੀ, ਜਿਹਨੂੰ ਕਿ ਆਪਾਂ ਪੰਜਾਬੀ ਦੇ ਵਿੱਚ ਡੰਡੀ ਲਗਾਉਂਦੇ ਹਾਂ ਜਦੋਂ ਕੋਈ ਵਾਕ ਪੂਰਾ ਹੋ ਜਾਂਦਾ ਹੈ। ਬੇਟਾ ਸੈਂਟੈਂਸ ਕੀ ਹੁੰਦਾ, ਵਾਕ ਕੀ ਹੁੰਦਾ? ਸੈਂਟੈਂਸ ਉਹ ਹੁੰਦਾ ਜਿਹਦੀ ਕੋਈ ਮਤਲਬ ਬਣਦਾ ਹੋਵੇ, ਜਾਂ ਆਪਾਂ ਕਿਸੇ ਨੂੰ ਕੁਛ ਦੱਸਣਾ ਹੋਵੇ ਪਰ ਉਹਦਾ ਕੋਈ ਮੀਨਿੰਗ ਬਣਦਾ ਹੋਵੇ। ਜੇ ਕਿਸੇ ਚੀਜ਼ ਦਾ ਕੋਈ ਮਤਲਬ ਨਹੀਂ ਬਣਦਾ ਤਾਂ ਉਹ ਵਾਕ ਨਹੀਂ ਹੈਗਾ। ਜਦੋਂ ਸ਼ਬਦਾਂ ਦੇ ਗਰੁੱਪ ਦਾ ਕੋਈ ਅਰਥ ਬਣਦਾ ਹੋਵੇ ਉਸਨੂੰ ਵਾਕ ਕਹਿੰਦੇ ਨੇ। ਤਾਂ ਜਦੋਂ ਵੀ ਕਦੇ ਵਾਕ ਪੂਰਾ ਹੋਵੇ ਤਾਂ ਉਸਦੇ ਐਂਡ ਤੇ ਆਪਾਂ ਫੁੱਲ ਸਟੋਪ ਲਗਾਉਂਦੇ ਹਾਂ, ਡੰਡੀ ਲਗਾਉਂਦੇ ਹਾਂ ਪੰਜਾਬੀ ਦੇ ਵਿੱਚ। ਜਿੱਦਾਂ ਮੈਂ ਇੱਧਰ ਪੈਰਾਗ੍ਰਾਫ ਦੇ ਵਿੱਚ ਦੇਖੋ, ਮੇਰਾ ਨਾਮ ਰਾਖੀ ਹੈ, ਮੈਂ ਇੱਕ ਵਾਕ ਦੱਸਿਆ ਸੀ ਤੁਹਾਨੂੰ, ਮੇਰਾ ਵਾਕ ਕੰਪਲੀਟ ਹੋ ਗਿਆ, ਤਾਂ ਉਸ ਤੋਂ ਬਾਅਦ ਮੈਂ ਇੱਥੇ ਡੰਡੀ ਲਗਾਈ ਸੀ। ਉਸੇ ਤਰ੍ਹਾਂ ਇੰਗਲਿਸ਼ ਦੇ ਵਿੱਚ ਡੰਡੀ ਦੀ ਜਗ੍ਹਾ ਕੀ ਲੱਗੇਗੀ? ਫੁੱਲ ਸਟੋਪ ਲੱਗੇਗਾ। ਠੀਕ ਹੈ, ਚਲੋ ਇਹਨਾਂ ਦੀ ਐਗਜ਼ਾਮਪਲਸ ਬੇਟਾ ਮੈਂ ਤੁਹਾਨੂੰ ਬਾਅਦ ਦੇ ਵਿੱਚ ਕਰਵਾਉਂਦੀ ਹਾਂ, ਇੱਕ ਵਾਰ ਐਕਸਪਲੇਨੇਸ਼ਨ ਕਰਵਾ ਦਾਂ। ਥਰਡ ਹੈ ਆਪਣਾ ਕੁਐਸਚਨ ਮਾਰਕ। ਕੁਐਸਚਨ ਮਾਰਕ ਬੇਟਾ ਕੀ ਹੁੰਦਾ? ਜਦੋਂ ਵੀ ਆਪਾਂ ਕਿਸੇ ਨੂੰ ਕੁਐਸਚਨ ਪੁੱਛਦੇ ਹਾਂ, ਕੁਐਸਚਨ ਪੁੱਟ ਕਰਦੇ ਹਾਂ, ਕੋਈ ਵੀ ਹੋ ਸਕਦਾ, ਤੇਰਾ ਨਾਮ ਕੀ ਹੈ, ਤੁਸੀਂ ਕਿੱਥੇ ਜਾ ਰਹੇ ਹੋ, ਤੁਸੀਂ ਕਦੋਂ ਵਾਪਿਸ ਆਓਗੇ, ਕੀ ਤੁਸੀਂ ਖਾਣਾ ਖਾ ਲਿਆ, ਕੀ ਹੁਣ ਰਾਤ ਹੈ, ਕੋਈ ਵੀ ਆਪਾਂ ਕੁਐਸਚਨ ਪੁੱਛਦੇ ਹਾਂ ਤਾਂ ਉਹਦੇ ਐਂਡ ਤੇ ਆਪਾਂ ਫੁੱਲ ਸਟੋਪ ਦੀ ਜਗ੍ਹਾ ਤੇ ਇਹ ਵਾਲਾ ਮਾਰਕ ਲਗਾਉਂਦੇ, ਇਹ ਵਾਲਾ ਸਾਈਨ ਲਗਾਉਂਦੇ, ਇਹਨੂੰ ਕੀ ਬੋਲਦੇ ਨੇ? ਕੁਐਸਚਨ ਮਾਰਕ। ਜਿਵੇਂ ਹਾਊ ਆਰ ਯੂ, ਹਾਊ ਆਰ ਯੂ, ਫੁੱਲ ਸਟੋਪ, ਤੁਸੀਂ ਕਿਵੇਂ, ਫੁੱਲ ਸਟੋਪ, ਸੋਰੀ ਕੁਐਸਚਨ ਮਾਰਕ। ਇਹ ਹੋ ਗਿਆ ਆਪਣਾ ਕੁਐਸਚਨ ਮਾਰਕ, ਕੈਪੀਟਲ ਲੈਟਰ, ਫੁੱਲ ਸਟੋਪ, ਕੁਐਸਚਨ ਮਾਰਕ। ਐਂਡ ਦਾ ਫੋਰਥ ਵਨ ਇਜ਼ ਐਕਸਕਲਾਮੇਸ਼ਨ ਮਾਰਕ। ਇਹਦਾ ਸਾਈਨ ਹੁੰਦਾ ਬੇਟਾ ਏਦਾਂ ਕਰਕੇ, ਵਨ ਪਾ ਕੇ, ਸਟੈਂਡਿੰਗ ਲਾਈਨ ਪਾ ਕੇ, ਨੀਚੇ ਫੁੱਲ ਸਟੋਪ। ਇਹ ਹੁੰਦਾ ਬੇਟਾ ਜਦੋਂ ਕੋਈ ਆਪਾਂ ਸੰਵਾਕ ਦੇ ਵਿੱਚ ਹੈਰਾਨੀ ਦੀ ਗੱਲ ਕਰੀਏ, ਹੈ ਆ ਕੀ ਹੋ ਗਿਆ, ਅੱਛਾ, ਓਹੋ, ਬਹੁਤ ਮਾੜਾ ਹੋਇਆ। ਇਹ ਹੈਰਾਨ ਜਦੋਂ ਕਿ ਆਪਾਂ ਕਿਸੇ ਗੱਲ ਦੇ ਵਿੱਚ ਦੁਖੀ ਹੋਈਏ, ਜਾਂ ਖੁਸ਼ੀ ਦੀ ਗੱਲ ਹੋਵੇ, ਜਾਂ ਕੋਈ ਹੈਰਾਨ ਕਰਨ ਵਾਲੀ ਗੱਲ ਹੋਵੇ, ਤਾਂ ਉਦੋਂ ਆਪਾਂ ਇਹ ਵਾਲਾ ਸਾਈਨ ਲਗਾਉਂਦੇ ਹਾਂ। ਜਿਵੇਂ ਆਪਾਂ ਜਿਵੇਂ ਪੰਜਾਬੀ ਦੇ ਵਿੱਚ ਤਾਂ ਹੋ ਗਿਆ ਹੈ, ਸੋਰੀ ਹੈ, ਅੱਛਾ, ਓਹੋ, ਹਾਏ ਰੱਬਾ, ਹਾਏ ਰੱਬਾ, ਇਹ ਹੋ ਗਏ ਪੰਜਾਬੀ ਦੇ ਵਿੱਚ। ਠੀਕ ਹੈ, ਇੰਗਲਿਸ਼ ਦੇ ਵਿੱਚ ਹੁੰਦੇ ਜਿਵੇਂ ਹੈਲਪ, ਬਚਾਓ, ਹੈਲਪ, ਕੋਈ ਮੁਸੀਬਤ ਦੇ ਵਿੱਚ ਹੈ ਤਾਂ ਉਹ ਬਹੁਤ ਹੈਰਾਨ ਹੋ ਕੇ ਮਤਲਬ ਹੈਲਪ ਮੰਗ ਰਿਹਾ। ਅਟੈਂਸ਼ਨ, ਸਾਵਧਾਨ, ਅਟੈਂਸ਼ਨ ਪਲੀਜ਼, ਜਾਂ ਵਾਟ ਆ ਆਈਡੀਆ, ਵਾਟ ਅ ਗ੍ਰੇਟ ਆਈਡੀਆ, ਸਾਈਨ ਆਫ ਐਕਸਕਲੇਮੇਸ਼ਨ, ਇਹਦਾ ਮਤਲਬ ਹੈ ਵਾਹ, ਕਿੰਨਾ ਸੋਹਣਾ ਆਈਡੀਆ ਹੈ, ਕਿੰਨੀ ਸੋਹਣੀ ਤਰਤੀਬ ਹੈ। ਠੀਕ ਹੈ, ਸਾਰੇ ਹੈਰਾਨ ਕਰਨ ਵਾਲੇ ਸ਼ਬਦ ਨੇ, ਇਹਨਾਂ ਤੇ ਆਪਾਂ ਲਗਾਵਾਂਗੇ ਸਾਈਨ ਆਫ ਐਕਸਕਲੇਮੇਸ਼ਨ। ਠੀਕ ਹੈ ਜੀ, ਆਪਣਾ ਨੈਕਸਟ ਆ ਗਿਆ ਕੌਮਾ। ਕੌਮਾ ਏਦਾਂ, ਹਾਂਜੀ ਬੱਚਿਓ, ਵਾਕ ਦੇ ਵਿੱਚ ਕੌਮਾ ਕਿੱਥੇ ਯੂਜ਼ ਹੁੰਦਾ ਹੈ? ਕਦੇ ਕਦੇ ਵਾਕ ਦੇ ਵਿੱਚ ਆਪਾਂ ਨੂੰ ਹਲਕਾ ਜਿਹਾ ਕਿਤੇ ਰੁਕਣਾ ਪੈਂਦਾ ਹੈ, ਹਲਕਾ ਜਿਹਾ, ਜ਼ਿਆਦਾ ਨਹੀਂ, ਰੁਕਣਾ ਪੈਂਦਾ, ਜਾਂ ਫਿਰ ਆਪਾਂ ਨੂੰ ਕਿਸੇ ਵਾਕ ਦੇ ਵਿੱਚ ਇੱਕੋ ਤਰ੍ਹਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਦੇ ਨਾਮ ਦੱਸ ਰਹੇ ਹੁੰਦੇ ਨੇ, ਇੱਕੋ ਤਰ੍ਹਾਂ ਦੀਆਂ, ਜਿਵੇਂ ਫਲਾਂ, ਬਹੁਤ ਸਾਰੇ ਫਲਾਂ ਦੇ ਨਾਮ ਦੱਸ ਰਹੇ ਹੁੰਦੇ ਨੇ, ਸਬਜ਼ੀਆਂ ਦੇ ਨਾਮ ਇੱਕੋ ਹੀ ਵਾਕ ਦੇ ਵਿੱਚ ਦੱਸ ਰਹੇ ਹੁੰਦੇ ਨੇ, ਤਾਂ ਉੱਥੇ ਆਪਾਂ ਬੇਟਾ ਕੌਮਾ ਯੂਜ ਕਰਦੇ ਹਾਂ। ਜਿਵੇਂ ਕਿ ਮਤਲਬ ਆਹ ਦੇਖੋ, ਇੱਧਰ ਮੈਂ ਤੁਹਾਨੂੰ ਕਰਵਾਇਆ ਸੀ, ਬਾਜ਼ਾਰੋਂ ਮੈਂ ਸੇਬ, ਕੇਲੇ, ਅੰਗੂਰ, ਚੀਕੂ, ਪਪੀਤਾ ਅਤੇ ਅੰਬ ਖਰੀਦੇ, ਇਹ ਸਾਰੇ ਫਲਾਂ ਦੇ ਨਾਮ ਆ ਗਏ ਨੇ, ਇੱਕੋ ਹੀ ਤਰ੍ਹਾਂ ਦੀ ਚੀਜ਼ਾਂ ਆ ਗਈਆਂ ਨਾ, ਤਾਂ ਆਪਾਂ ਇੱਥੇ ਸੇਬ ਤੋਂ ਬਾਅਦ ਕੌਮਾ, ਕੇਲੇ ਤੋਂ ਬਾਅਦ ਕੌਮਾ, ਅੰਗੂਰ ਤੋਂ ਬਾਅਦ ਕੌਮਾ, ਚੀਕੂ ਤੋਂ ਬਾਅਦ ਕੌਮਾ, ਪਪੀਤਾ ਅਤੇ ਆ ਗਿਆ ਨਾ, ਜੇ ਇੰਗਲਿਸ਼ ਦੇ ਵਿੱਚ ਐਂਡ ਆ, ਜੇ ਫਿਰ ਨਹੀਂ ਕੌਮਾ ਲਗਾਉਣਾ ਆਪਾਂ, ਅਤੇ ਅੰਬ ਖਰੀਦੇ। ਜਿੱਥੇ ਆਪਾਂ ਵਾਕ ਦੇ ਵਿੱਚ ਥੋੜ੍ਹਾ ਥੋੜ੍ਹਾ ਰੁਕਣਾ ਹੋਵੇ ਉੱਥੇ ਆਪਾਂ
कॉमा लगाने हैं ते या फिर एक होर एग्जाम्पल है आफ्टर वी हैड इटन चुकने देखो बेटा इको ही सेंटेंस है ठीक है इको ही सेंटेंस है आफ्टर वी हैड इटन वी चुकने इस सेंटेंस के विच मैं हल्का जा रुकी हाँ खाना खान तो बाद असी एक नैप ले असी थोड़ी देर नहीं सुते मैं सीधा नहीं बोलिया खाना खान तो बाद असी एक नैप ले ए नहीं है खाना खान तो बाद कॉमा आएगा मैं थोड़ा जा रुकी हाँ सेंटेंस के विच वाक के विच उस तो बाद मैं क्या है असी थोड़ी देर लिए सुते ठीक है बेटा हुण इन हैगे तां साइंस होर भी ने पंक्चुएशन मार्क्स होर भी हैगे ने बट आपां नूं इन्ने ही बहुत ने ये फाइव आपां पंक्चुएशन मार्क्स करने ने लेट अस रिपीट दिस मार्क्स अगेन कैपिटल लैटर जरूरी है इंग्लिश दे विच लाइन को भी स्टार्ट करनी है सेंटेंस और फर्स्ट लैटर कैपिटल होना चाहिए विच बेचारे जो कोई आता किसी का जगह का नाम इंसान का नाम दिनों के नाम महीनों के नाम इन्हों के फर्स्ट लैटर कैपिटल होंगे नेक्स्ट है फुल स्टॉप जो भी थोड़ा कोई सेंटेंस कंप्लीट होंगे तो तुम्हें फुल स्टॉप लगाना है नेक्स्ट है क्वेश्चन मार्क जो भी आप किसी क्वेश्चन पुट करते हैं उदो आप क्वेश्चन मार्क लगाने एक्सक्लेमेशन मार्क जो भी कोई हैरानी वाली गल होंगी है दुख वाली सुख वाली हैरान करने वाली गल होंगी है तो उदो आप साइन ऑफ एक्सक्लेमेशन लगाने नेक्स्ट इज कॉमा कॉमा जदों भी आपां वाक दे विच थोड़ा जिहा रुकना होवे किते हल्का जिहा जां इक्को ही तरह दीआं चीज़ां दे नाम लैणे होण उदों आपां कॉमा लगाउंदे ठीक है बेटा पेज नंबर 27 ते आपां नूं कुछ सेंटेंसेस दिते होए ने 8 सेंटेंसेस दिते ने जिन्हां दे विचों 6 मैं तुहानूं करवा दूंगी बाकी 2 तुसीं खुद प्रैक्टिस करनी है कर देखो इहनां नूं पंक्चुएट करना आपां सेंटेंसेस नूं सही करके दोबारा लिखना दे कैन कॉल प्लीज फॉर हेल्प सब तो पहला तो ये देखो टी इन्होंने स्मॉल लैटर पाया तो इन्हों पर ठीक करके लिखेंगे जिवें कि मैं तुहानूं समझाया सी कि इंग्लिश दे विच सब तो पहला स्टार्टिंग दे विच ब्लॉक लैटर आता है दे कैन कॉल प्रीत प्रीत हुण किसी का नाम है ना किसी लड़की का नाम है तो प्रीत का पी कैपिटल प्रीत फॉर हेल्प एंड फुल स्टॉप ये कोई क्वेश्चन नहीं पूछा हुआ कोई हैरानी है मतलब गल नहीं हैगी तो सिंपल फुल स्टॉप आया नेक्स्ट द बॉयज प्लेड अ मैच ऑन सैटरडे द जिवें कि मैं तुम दसी गई फर्स्ट लैटर कैपिटल द बॉयज प्लेड अ मैच ऑन सैटरडे सैटरडे दिन का नाम आ गया ना डे का नेम हो गया तो यह एस कैपिटल सैटरडे फुल स्टॉप ये सिंपल वर्क है तो फुल स्टॉप आएगा आई हैव स्वीट्स फ्रूट कुकीज एट माई होम देखो इस सेंटेंस विच की है कि मेरे को घर मिठाई फ्रूट ते बिस्किट्स हैं तो तुम देखो इन्होंने चीजा के नाम दसे ने ना तो कितने फुल स्टॉप नहीं है थोड़ा थोड़ा आप रुकना तो आप इतने कॉमास लगावे सब तो पहले तो आप आई नू कैपिटल करा आई हैव स्वीट्स कॉमा फ्रूट कुकीज एट माई होम फुल स्टॉप ओके नेक्स्ट वन इज वट आर यू सेइंग नीरू हूँ ये क्वेश्चन पूछा गया बेटा जेडे क्वेश्चन मार्क वाले क्वेश्चन होंगे ने ना वो ये होंगे ने याद रखियो वॉट विच वेयर वेन How, which, where, when, who, ए जो आ जाए किसी वाक के विच तां उत्थे हमेशा क्वेश्चन मार्क ही लगेगा देखो हुण इत्थे वॉट आ गया ना वॉट आर यू सेइंग नीरू पहला तो डब्ल्यू कैपिटल करेंगे वॉट आर यू सेइंग नीरू नीरू किसी का नेम है तो एंड कैपिटल नीरू उस तो बाद आप लगावेंगे क्वेश्चन मार्क ओके नेक्स्ट इज सिमरन जसप्रीत नीलम एंड अनु गो बाय बस हुण इहदे विच सारे चार जणिआं दे नाम ने चार बंदिआं दे नाम ने स
सब तो पहले तो हरी कलर रंग का आप फर्स्ट लैटर कैपिटल करांगे, उस तो बाद आप कौन से कॉमास भी लगाओगे जो एक ही तरह के नाम ने। सिमरन कॉमा जसप्रीत कॉमा नीलम एंड अनु, ए कैपिटल अनु गो बाय बस फुल स्टॉप। ठीक है जी, नेक्स्ट है हाउ टॉल द बिल्डिंग्स आर। हैरान होके क्या होया किनिया उच्चिया बिल्डिंग्स ने किनिया उच्चिया इमारतां ने, तां देखो हाउ द कैपिटल एच कैपिटल टॉल द बिल्डिंग्स आर। हुण इत्थे आपां साइन ऑफ एक्सक्लेमेशन इत्थे तां एंड ते क्यों लाया है क्योंकि आप सारे वाक के हैरानी शो की है कि उच्चिया इमारतां हैं। ठीक है तो इतने आ गया जे कि आप कैप्ट कर कहने है आ की हो गया फिर आप है बोल के फिर आप साइन ऑफ एक्सक्लेमेशन लगाने फिर अगला वाक पूरा करके फुल स्टॉप लगाने पर यह सेंटेंस के आप कॉमा नहीं लगाना तो सेंटेंस के एंड लगेगा। तो यह जे है शब्द बेटा इन्होंने हमेशा क्वेश्चन मार्क ही लग रहा है। एक वर्ड मैं और भूल रही हूँ इन्हों के चलो जो मैंने याद आएगा मैं तुम्हें बाद परसनली दसूंगी। तो यह हूँ तो आई होप कि तुम्हें चंगी तरह समझ आ गया होगा। इन्हों अपनी नोटबुक्स लिखो तो मैं अपनी अपनी पिक्चर सेंड करो। थैंक यू।